ਸਿੰਗਰ ਐਕਟਰ ਤੇ ਲਿਰਿਸਿਸਟ ਸ਼ਿਵਜੋਤ ਦਾ ਨਵਾਂ ਗੀਤ ਹੋਇਆ ਰਿਲੀਜ਼। ਜੀ ਹਾਂ, ਰੀਸੈਂਟਲੀ ਸ਼ਿਵਜੋਤ ਦੇ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦਾ ਨਵਾਂ ਗੀਤ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਲੇਕਿਨ ਹੁਣ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਕਾਫੀ ਜ਼ਿਆਦਾ ਪਿਆਰ ਦੇ ਰਹੇ ਨੇ। ਵੈਲ, ਇਸ ਗੀਤ ਦਾ ਨਾਮ ਹੈ ਰੋਮੀਓ। ਰੋਮੀਓ ਗੀਤ ਦੇ ਬਾਰੇ ਰੀਸੈਂਟਲੀ ਸ਼ਿਵਜੋਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਤੇ ਹੁਣ ਇਹ ਗੀਤ ਰਿਲੀਜ਼ ਹੋ ਚੁੱਕਿਆ। ਇਸ ਗੀਤ ਦੇ ਪੋਸਟਰ ਦੇ ਵਿੱਚ ਅਸੀਂ ਸ਼ਿਵਜੋਤ ਤੇ ਈਸ਼ਾ ਨੂੰ ਵੇਖ ਸਕਦੇ ਹਾਂ। ਵੈਲ, ਸ਼ਿਵਜੋਤ ਤੇ ਈਸ਼ਾ ਸ਼ਰਮਾ ਸਾਨੂੰ ਇਸ ਗੀਤ ਦੀ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਹੇ ਨੇ। ਵੈਲ, ਦੱਸ ਦਈਏ ਕਿ ਇਸ ਗੀਤ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ਿਵਜੋਤ ਤੇ ਈਸ਼ਾ ਸ਼ਰਮਾ ਤੇ ਇਸ ਗੀਤ ਦੀ ਵੀਡੀਓ ਨੂੰ ਫਿਲਮਾਇਆ ਗਿਆ। ਵੈਲ, ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਇਸ ਗੀਤ ਦੇ ਕ੍ਰੈਡਿਟਸ ਦੀ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਸ਼ਿਵਜੋਤ ਨੇ। ਇਹ ਵੀ ਦੱਸ ਦਈਏ ਕਿ ਇਸ ਗੀਤ ਦੇ ਲਿਰਿਕਸ ਨੂੰ ਵੀ ਸ਼ਿਵਜੋਤ ਦੇ ਵੱਲੋਂ ਹੀ ਲਿਖਿਆ ਗਿਆ ਤੇ ਉੱਥੇ ਹੀ ਜੇਕਰ ਹੁਣ ਇਸ ਗੀਤ ਦੇ ਮਿਊਜ਼ਿਕ ਦੀ ਗੱਲ ਕਰੀਏ ਤੇ ਮਿਊਜ਼ਿਕ ਦਿੱਤਾ ਗਿਆ ਵਨ ਐਂਡ ਓਨਲੀ ਦੇਸੀ ਕ੍ਰਿਊ ਦੇ ਵੱਲੋਂ। ਵੈਲ, ਇਸ ਗੀਤ ਦੇ ਜੇਕਰ ਮਿਕਸਿੰਗ ਐਂਡ ਮਾਸਟਰਿੰਗ ਦੀ ਗੱਲ ਕਰੀਏ ਤੇ ਉਹ ਕੀਤੀ ਗਈ ਹੈ ਡੈਂਸ ਦੇ ਵੱਲੋਂ। ਜੀ ਹਾਂ, ਸੌਂਗ ਦੀ ਮਿਕਸਿੰਗ ਐਂਡ ਮਾਸਟਰਿੰਗ ਡੈਂਸ ਦੇ ਵੱਲੋਂ ਕੀਤੀ ਗਈ ਹੈ ਤੇ ਰੋਮਾਂਟਿਕ ਬੀਟ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ। ਵੈਲ, ਸ਼ਿਵਜੋਤ ਤੇ ਈਸ਼ਾ ਸ਼ਰਮਾ ਦੀ ਜੋੜੀ ਨੂੰ ਵੀ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ। ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਸ਼ਿਵਜੋਤ ਲਿਖਦੇ ਨੇ, ਨਿਊ ਸੌਂਗ ਰੋਮੀਓ ਆਊਟ ਨਾਓ, ਥੈਂਕ ਯੂ ਗਾਈਜ਼ ਫਾਰ ਯੋਰ ਲਵਲੀ ਫੀਡਬੈਕ। ਜਿਨ੍ਹਾਂ ਨੇ ਨਹੀਂ ਸੁਣਿਆ, ਇੰਜੋਏ ਦਿਸ ਰੋਮਾਂਟਿਕ ਟ੍ਰੈਕ ਐਂਡ ਲੈਟ ਅਸ ਨੋ ਯੂਅਰ ਰਿਵਿਊਜ਼। ਸੋ ਇਸ ਗੀਤ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਦਿੱਤਾ ਹੈ ਜਿਸ ਦੇ ਲਈ ਸ਼ਿਵਜੋਤ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ ਇੰਨਾ ਚੰਗਾ ਰਿਸਪੌਂਸ ਦੇਣ ਦੇ ਲਈ ਤੇ ਲੋਕਾਂ ਦੇ ਵੱਲੋਂ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ। ਵੈਲ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਜੇਕਰ ਹਾਲੇ ਤੱਕ ਤੁਸੀਂ ਵੀ ਇਸ ਗੀਤ ਨੂੰ ਨਹੀਂ ਸੁਣਿਆ ਤੇ ਜ਼ਰੂਰ ਸੁਣੋ। ਸ਼ਿਵਜੋਤ ਤੇ ਈਸ਼ਾ ਸ਼ਰਮਾ ਦੇ ਇਸ ਗੀਤ ਦੀ ਵੀਡੀਓ ਨੂੰ ਵੀ ਤੁਸੀਂ ਵੇਖ ਸਕਦੇ ਹੋ। ਸੋ ਫਿਲਹਾਲ ਦੇ ਲਈ ਬਸ ਇੰਨਾ ਹੀ। ਸ਼ਿਵਜੋਤ ਦੇ ਗਾਏ ਗੀਤਾਂ ਦੇ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਹੈ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।